subscribe our channel for latest updates. ਲੁਟੇਰਿਆਂ ਦਾ ਖੌਫ ਦਿਨੋ ਦਿਨ ਵੱਧਦਾ ਹੀ ਜਾ ਰਿਹਾ। ਆਏ ਦਿਨ ਕਿਤੇ ਨਾ ਕਿਤੇ ਲੁੱਟ ਦੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਨੇ। ਹੁਣ ਲੁਧਿਆਣਾ ਦੇ ਮਾਡਲ ਟਾਊਨ ਲਾਲ ਕੋਠੀ ਰੋਡ ਤੇ ਲੋਹਾ ਵਪਾਰੀ ਤੋਂ 8 ਲੱਖ ਰੁਪਏ ਦੇ ਕਰੀਬ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਹਥਿਆਰਬੰਦ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਰਫੂ ਚੱਕਰ ਹੋ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ SP ਸੰਦੀਪ ਸ਼ਰਮਾ ਨੇ ਦੱਸਿਆ ਕਿ ਮਾਡਲ ਟਾਊਨ ਏਰੀਆ ਵਿੱਚ 2 ਮੋਟਰਸਾਈਕਲਾਂ ਤੇ ਹਥਿਆਰਬੰਦ ਲੁਟੇਰਿਆਂ ਨੇ ਲੋਹਾ ਕਾਰੋਬਾਰੀ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਹਨਾਂ ਨੇ ਕਿਹਾ ਕਿ ਹੱਥੋਂ ਪਾਈ ਵਿੱਚ ਲੁਟੇਰੇ ਗੱਡੀ ਵਿੱਚੋਂ ਬੈਗ ਲੈ ਕੇ ਫਰਾਰ ਹੋ ਗਏ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ CCTV ਦੀ ਮਦਦ ਵੀ ਲਈ ਜਾ ਰਹੀ ਹੈ। ਬਈ ਇੱਥੇ ਇਹ ਜਿੱਥੇ ਆਪਾਂ ਖੜੇ ਆ ਰਿਸ਼ੀ ਬੰਸਲ ਦਾ ਘਰ ਹੈ ਔਰ ਇਹਨਾਂ ਦੇ ਮਿਲਰਗੰਜ ਜਿਹੜਾ ਹੈਗਾ ਦਫ਼ਤਰ ਹੈ। ਕਰੀਬ 8:15 ਵਜੇ ਪਹੁੰਚੇ ਇੱਥੇ ਆਪਦੀ ਕਾਰ ਕਰੇਟਾ ਜੇ, ਠੀਕ ਹੈ, ਇਹਦੇ ਫਾਦਰ ਸਾਹਿਬ ਨਾਲ ਬੈਠੇ ਸੀ ਔਰ ਇਹਨਾਂ ਦੇ ਅੱਗੇ ਪਿੱਛੇ 2 ਮੋਟਰਸਾਈਕਲਾਂ ਅਤੇ 3-3 ਬੰਦੇ ਆਏ। ਟੋਟਲ 6 ਬੰਦੇ ਸੀਗੇ। ਇੱਕ ਮੋਟਰਸਾਈਕਲ ਵੇਟ ਕਰਦਾ ਰਿਹਾ। ਇੱਕ ਮੋਟਰਸਾਈਕਲ ਤੋਂ ਬੰਦੇ ਨੇ ਕੀ ਕੀਤਾ ਕਿ ਪਿਛਲੀਆਂ ਖਿੜਕੀਆਂ ਲੋਕ ਸੀਗੀਆਂ, ਦੋਨਾਂ ਸੀਟਾਂ 'ਚੋਂ ਬੈਗ ਕੱਢਿਆ। ਜਦੋਂ ਇਹਨਾਂ ਨੇ ਮਾੜੀ ਮੋਟੀ ਉਹਦੇ ਨਾਲ ਹੱਥਾਪਾਈ ਕੀਤੀ ਅਤੇ ਜਿਹੜੇ ਨਾਲ ਦੇ 2 ਸੀਗੇ ਉਹਨਾਂ ਨੇ ਕੀ ਕੀਤਾ ਕਿ ਇਹਨਾਂ ਨੂੰ ਧੱਕਾ ਮੁੱਕ ਕੀਤੀ ਅਤੇ ਇਹਨਾਂ ਨੇ ਫਿਰ ਡਰਦੇ ਪਾਸੇ ਹੋ ਗਏ ਔਰ ਬੈਗ ਲੈ ਕੇ ਮੋਟਰਸਾਈਕਲ ਫਰਾਰ ਹੋ ਗਏ। ਅਸੀਂ ਹਾਂਜੀ ਉਹ ਚੈੱਕ ਕਰ ਰਹੇ ਹਾਂ, ਅਸੀਂ ਉਹ ਚੈੱਕ ਕਰ ਰਹੇ ਹਾਂ CCTV ਕਿੱਥੇ ਕਿੱਥੇ ਲੱਗੇ ਨੇ, ਜਿੱਥੇ ਦੁਕਾਨ ਤੋਂ ਚੱਲੇ ਉਹ ਵੀ ਚੈੱਕ ਕਰ ਰਹੇ ਹਾਂ ਅਤੇ ਉਦੋਂ ਬਾਅਦ ਡੰਪ ਵੀ ਕੱਢ ਰਹੇ ਹਾਂ ਅਸੀਂ ਅਤੇ ਕਾਰਵਾਈ ਕਰਕੇ ਸਾਰਾ ਟਰੇਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ। ਦੂਜੇ ਪਾਸੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਮਲੋਟ ਵਿੱਚ ਬੈਂਕ ਤੋਂ ਪਿੰਡ ਜੰਡਵਾਲਾ ਦੇ ਰਹਿਣ ਵਾਲੇ ਪ੍ਰਕਾਸ਼ ਸਿੰਘ ਸੂਬਾ ਆਪਣੇ 2 ਲੱਖ ਰੁਪਏ ਕਢਾ ਕੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਜਾ ਰਹੇ ਸਨ ਤਾਂ ਪਿੰਡ ਸ਼ੇਖੂ ਰੋਡ ਤੇ 3 ਵਰਨਾ ਕਾਰ ਚਾਲਕਾਂ ਵੱਲੋਂ ਬੰਦੂਕ ਦੀ ਨੋਕ ਤੇ ਉਹਨਾਂ ਤੋਂ 2 ਲੱਖ ਰੁਪਏ ਲੁੱਟ ਲਏ ਗਏ। ਪ੍ਰਕਾਸ਼ ਸਿੰਘ ਦਾ ਕਹਿਣਾ ਹੈ ਕਿ ਇਹਨਾਂ ਲੁਟੇਰਿਆਂ ਵੱਲੋਂ 2 ਫਾਇਰ ਵੀ ਕੀਤੇ ਗਏ। ਘਟਨਾ ਦੀ ਸੂਚਨਾ ਮਿਲਦੇ ਹੀ DSP ਭੁਪਿੰਦਰ ਸਿੰਘ ਅਤੇ ਥਾਣਾ ਸਿਟੀ ਮਲੋਟ ਦੇ ਪੁਲਿਸ ਮੁਖੀ ਬੂਟਾ ਸਿੰਘ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ। ਪੁਲਿਸ ਵੱਲੋਂ CCTV ਫੁਟੇਜ ਵੀ ਖੰਗਾਲੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੈਸੇ ਲੈ ਕੇ ਆਏ ਯਾਰ ਐਕਸਿਸ ਬੈਂਕ ਤੋਂ? ਅੱਛਾ, ਤੋਂ ਲੈ ਕੇ ਤੋਂ ਗਿਆ ਤੇ ਸਿੱਕੂ ਰੋਡ ਤੇ ਉਹਨਾਂ ਰੱਖੇ ਲੈ ਮੈਨੂੰ। ਕਿੰਨੇ ਕ ਬੰਦੇ ਸੀ? ਕਾਸ ਤੇ ਸੀ 4 ਬੰਦੇ ਸੀ, ਕਾਰ ਤੇ ਸੀ ਕਰਨਾ। ਅੱਛਾ, ਕੀ ਉਹਨਾਂ ਨੂੰ ਕੋਈ ਫੈਰ ਫੁਰੀ ਕੀਤੀ? ਫੈਰ ਵੀ ਕਰੇ ਆ। ਅੱਛਾ, ਕਿੰਨੇ ਪੈਸੇ ਕਿੰਨੇ ਸੀ? ਪੈਸੇ 2 ਲੱਖ। ਓਕੇ, ਲੈ ਕੇ ਬੱਚੇ ਤਾਂ ਵੈਸੇ ਤੁਹਾਡੀ ਤੋਂ ਵੀ ਤਾਂ ਬੱਚੇ ਤੋਂ 20 ਪੈਸੇ ਲੈ ਗਏ। ਲੁਧਿਆਣਾ ਤੋਂ ਅਨੁਪਮ ਮਹਿੰਦਰੂ ਦੇ ਨਾਲ ਮੁਕਤਸਰ ਸਾਹਿਬ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।